ਹਾਦਸੇ ਵਾਲੀ ਥਾਂ ਤੇ ਸੋਚ ਸਮਝ ਕੇ ਰੋਕੋ ਗੱਡੀ, ਮਦਦ ਲਈ ਉਤਰੇ ਹੇਠਾਂ ਤਾਂ ਹੋ ਸਕਦੀ ਹੈ ਲੁੱਟ। ਲੁਟੇਰਿਆਂ ਦਾ ਲੁੱਟ ਕਰਨ ਦਾ ਹੈ ਨਵਾਂ ਪੈਤਰਾ। ਜੀ ਹਾਂ, ਅਕਸਰ ਹੀ ਕਿਤੇ ਹਾਦਸਾ ਦੇਖ ਕੇ ਲੋਕ ਮਦਦ ਕਰਨ ਲਈ ਰੁਕ ਹੀ ਜਾਂਦੇ ਨੇ, ਪਰ ਹੁਣ ਅਜਿਹਾ ਕਰਨ ਤੋਂ ਪਹਿਲਾਂ 100 ਵਾਰ ਸੋਚ ਲਓ, ਕਿਉਂਕਿ ਲੁਟੇਰਿਆਂ ਦੇ ਵੱਲੋਂ ਹੁਣੇ ਨਵਾਂ ਪੈਂਤਰਾ ਕੱਢ ਲਿਆ ਗਿਆ ਹੈ ਲੁੱਟ ਕਰਨ ਦਾ। ਜੋ ਰਾਹਗੀਰ ਕਿਸੇ ਹਾਦਸੇ ਵਾਲੀ ਥਾਂ ਤੇ ਮਦਦ ਲਈ ਰੁਕਦੇ ਨੇ ਤੇ ਉਹਨਾਂ ਨੂੰ ਸ਼ਿਕਾਰ ਬਣਾਉਂਦੇ ਨੇ ਇਹ ਲੁਟੇਰੇ। ਲੁਟੇਰਿਆਂ ਦੇ ਵੱਲੋਂ ਸੜਕ ਤੇ ਐਕਸੀਡੈਂਟ ਦਾ ਡਰਾਮਾ ਰਚਿਆ ਜਾਂਦਾ ਹੈ ਤੇ ਜਿਵੇਂ ਹੀ ਕੋਈ ਮਦਦ ਲਈ ਆਉਂਦਾ ਹੈ ਤਾਂ ਉਸ ਨੂੰ ਲੁੱਟ ਲੈਂਦੇ ਨੇ। ਅਜਿਹਾ ਹੀ ਕੁਝ ਵਾਪਰਿਆ ਦੋ ਦੁਕਾਨਦਾਰਾਂ ਦੇ ਨਾਲ, ਜਿਨ੍ਹਾਂ ਨੇ ਆਪਣੀ ਹੱਡ ਬੀਤੀ ਦੱਸੀ ਹੈ ਕਿ ਜਦੋਂ ਰਾਹ ਦੇ ਵਿੱਚ ਜਾ ਰਹੇ ਸਨ ਕੁਝ ਸਮਾਨ ਲੈਣ ਦੇ ਲਈ, ਤਾਂ ਉਹਨਾਂ ਨੂੰ ਸੜਕ ਵਿਚਾਲੇ ਇੱਕ ਬਾਈਕ ਤੇ ਨਾਲ ਇੱਕ ਸ਼ਖਸ ਲੇਟਿਆ ਹੋਇਆ ਨਜ਼ਰ ਆਇਆ। ਦੁਕਾਨਦਾਰਾਂ ਨੂੰ ਲੱਗਿਆ ਕਿ ਸ਼ਾਇਦ ਇਹ ਕੋਈ ਮਦਦ ਦੀ ਲੋੜ ਹੈ ਜਾਂ ਇਸ ਦੇ ਨਾਲ ਕੋਈ ਹਾਦਸਾ ਹੋਇਆ। ਜਿਵੇਂ ਹੀ ਇਹ ਦੁਕਾਨਦਾਰ ਮਦਦ ਲਈ ਹੇਠਾਂ ਉਤਰਦੇ ਨੇ ਤਾਂ ਅੱਗੋਂ 10 ਤੋਂ 12 ਜਣੇ ਹਥਿਆਰ ਲੈ ਕੇ ਇਹਨਾਂ ਤੇ ਤਾਣ ਦਿੰਦੇ ਨੇ ਅਤੇ ਇਹਨਾਂ ਤੋਂ ਨਗਦੀ, ਮੋਬਾਈਲ ਤੇ ਇਹਨਾਂ ਦੇ ਗਹਿਣੇ ਲੁੱਟ ਕੇ ਫਰਾਰ ਹੋ ਜਾਂਦੇ ਨੇ। ਇਹਨਾਂ ਨੇ ਜਾਣਦੇ ਹੋਏ ਇਹਨਾਂ ਦੁਕਾਨਦਾਰਾਂ ਨੂੰ ਉਹ ਜ਼ਖਮੀ ਵੀ ਕਰ ਜਾਂਦੇ ਨੇ, ਜਿਸ ਤੋਂ ਬਾਅਦ ਇਹ ਦੁਕਾਨਦਾਰ ਉੱਥੇ ਹੋਰ ਆਉਂਦੇ ਜਾਂਦੇ ਰਾਹਗੀਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ, ਪਰ ਕੋਈ ਵੀ ਰੁਕਦਾ ਨਹੀਂ ਹੈ। ਇੱਥੋਂ ਤੱਕ ਕਿ ਕੋਈ ਵੀ ਆਪਣਾ ਮੋਬਾਈਲ ਤੱਕ ਨਹੀਂ ਦਿੰਦਾ ਕਿ ਇਹ ਮਦਦ ਲਈ ਕਾਲ ਕਰ ਸਕਣ। ਬੜੀ ਮੁਸ਼ਕਲ ਦੇ ਨਾਲ ਇਹਨਾਂ ਦੁਕਾਨਦਾਰਾਂ ਦੇ ਵੱਲੋਂ ਮਦਦ ਲਈ ਜਾਂਦੀ ਹੈ ਤੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਜਾਂਦਾ ਹੈ। ਵੱਡੀ ਗੱਲ ਇਹ ਹੈ ਕਿ ਲੁਟੇਰਿਆਂ ਦੇ ਵੱਲੋਂ ਹੁਣ ਇਹਨਾਂ ਮਦਦ ਕਰਨ ਵਾਲੇ ਰਾਹਗੀਰਾਂ ਨੂੰ ਹੀ ਸ਼ਿਕਾਰ ਬਣਾਇਆ ਜਾ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਖੰਨਾ ਤੋਂ ਖਮਾਣੋ ਜਾਂਦੀ ਸੜਕ ਦੀ, ਜਿੱਥੇ ਮਾਣੂਪੁਰ ਪਿੰਡ ਦੇ ਨੇੜੇ ਹੀ ਇਸ ਸੜਕ ਤੇ ਡਰਾਮਾ ਰਚ ਕੇ ਲੁਟੇਰਿਆਂ ਦੇ ਵੱਲੋਂ ਦੁਕਾਨਦਾਰਾਂ ਦੇ ਨਾਲ ਲੁੱਟ ਕੀਤੀ ਗਈ ਹੈ। 45,000 ਨਗਦੀ, ਮੋਬਾਈਲ ਲੈ ਕੇ ਲੁਟੇਰੇ ਫਰਾਰ ਹੋਏ ਨੇ। ਫਿਲਹਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਇਹਨਾਂ ਲੁਟੇਰਿਆਂ ਨੂੰ ਕਾਬੂ ਵੀ ਕਰ ਲਿਆ ਜਾਏਗਾ। ਪਰ ਉਦੋਂ ਤੱਕ ਲੋਕਾਂ ਨੂੰ ਜ਼ਰੂਰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿ ਕਿਤੇ ਵੀ ਰਾਤ ਵੇਲੇ, ਖਾਸ ਤੌਰ ਤੇ ਸੁਨਸਾਨ ਜਗ੍ਹਾ ਤੇ ਕੋਈ ਹਾਦਸਾ ਹੋਇਆ ਹੋਵੇ ਤਾਂ ਗੱਡੀ ਸੋਚ ਸਮਝ ਕੇ ਹੀ ਰੋਕੀ ਜਾਏ। ਮੇਰੇ ਲੁੱਟ ਖੋ ਹੋਈ ਹੈ। ਸੜਕ ਤੇ ਮੋਟਰਸਾਈਕਲ ਚੱਕਣ ਲੱਗੇ ਸੀਗੇ, ਮਗਰੋਂ ਆ ਕੇ ਬੰਦਿਆਂ ਨੇ ਸੱਟਾਂ ਮਾਰੀਆਂ ਸੀ ਸਾਡੇ। ਇਹ ਮਾਨੂਪੁਰ ਕੋਲੇ ਜਾ ਰਹੇ ਸੀਗੇ ਜੀ, ਖੰਨੇ ਤੋਂ ਸੂਏ ਸੂਏ ਜਿਹੜਾ ਖਮਾਣੋ ਰਸਤਾ ਜਾਂਦਾ ਉਹ ਰਸਤੇ ਦੇ ਉੱਪਰ ਹੋਈ ਹੈ। ਇਹ 3-4 ਕੁ ਵਜੇ ਦੀ ਹੈ। ਹਾਂਜੀ, ਉਹ 7-8 ਜਾਣੇ ਸੀਗੇ। ਤੁਸੀਂ ਕਾਹਦੇ ਤੇ ਜਾ ਰਹੇ ਸੀ? ਅਸੀਂ ਗੱਡੀ ਸੀਗੇ ਜੀ। ਉਹਨਾਂ ਨੇ ਮੋਟਰਸਾਈਕਲ ਮੂਹਰੇ ਡਿੱਗਿਆ, ਦੇਖ ਕੇ ਅਸੀਂ ਚੱਕਣ ਲੱਗ ਗਏ ਵੀ ਸੱਟਾਂ ਵੱਜੀਆਂ ਬੰਦੇ ਦੇ। ਉਹਨੂੰ ਚੱਕਦੇ ਚੱਕਦੇ ਪਿੱਛੋਂ ਆ ਕੇ ਚੁੰਬੜ ਗਏ। ਜਿਹੜੇ ਗਿਰੇ ਸੀ ਉਹਨਾਂ ਦੇ ਬੰਦੇ ਸੀਗੇ? ਉਹਨਾਂ ਦੇ ਬੰਦੇ ਸੀਗੇ ਜੀ, ਉਹਨਾਂ ਦੇ ਬੰਦੇ ਸੀਗੇ। ਕੀ ਕੀ ਲੈ ਗਏ ਸਮਾਨ ਤੁਹਾਡੇ ਕੋਲ? ਸਮਾਨ ਜੀ ਕੈਸ਼ ਸੀਗਾ, ਕੈਸ਼ ਲੈ ਗਏ। 2 ਆਪਣੇ ਮੋਬਾਈਲ ਸੀ ਉਹ ਲੈ ਗਏ। ਕਿੰਨੇ ਕੈਸ਼ ਸੀਗੇ? ਕੈਸ਼ ਹੋਊਗਾ ਜੀ ਦੋਨਾਂ ਜਾਣਿਆਂ ਕੋਲ, ਸਾਡੇ ਕੋਲ 40-45,000 ਰੁਪਇਆ। ਕਿੱਦਾਂ ਦੇ ਹਥਿਆਰ? ਹਥਿਆਰ ਵੈਪਨ ਵੀ ਹੈਗੇ ਸੀਗੇ ਉਹਨਾਂ ਕੋਲ। ਪਹਿਲੇ ਤਾਂ ਕੁੱਟਮਾਰ ਕੀਤੀ? ਹਾਂ, ਪਹਿਲਾਂ ਕੁੱਟਮਾਰ ਕਰੀ ਹੈ, ਰਾੜਾਂ ਸੀ ਉਹਨਾਂ ਕੋਲ। ਉਹ ਰਾੜਾਂ ਮਾਰੀਆਂ ਪਹਿਲਾਂ ਸਿਰਾਂ ਦੇ ਵਿੱਚ ਸਾਡੇ, ਅਤੇ ਉਦੋਂ ਬਾਅਦ ਦੇ ਵਿੱਚ ਫਿਰ ਵੈਪਨ ਕੱਢ ਲਏ ਉਹਨਾਂ ਨੇ। ਹਾਂਜੀ, ਕੀ ਕਹਿ ਕੀ ਰਹੇ ਸੀ? ਕਹਿੰਦਾ ਜਿਹੜਾ ਕੁਛ ਹੈਗਾ ਦੇ ਦਿਓ ਬਸ। ਹਾਂਜੀ, ਅਤੇ ਰਸਤੇ 'ਚ ਕਿਸੇ ਨੇ ਰੋਕਿਆ? ਨਹੀਂ, ਕਿਸੇ ਨੇ, ਕੋਈ ਨਹੀਂ ਆਇਆ ਜੀ, ਸੁੰਨਾ ਰਸਤਾ ਸੀਗਾ ਜਮਾਂ ਹੀ। ਅਤੇ ਕੋਈ ਹੈਲਪ ਲਈ ਫਿਰ ਬਾਅਦ 'ਚ ਕੋਈ ਮਿਲਿਆ? ਨਹੀਂ, ਕੋਈ ਨਹੀਂ ਮਿਲਿਆ ਜੀ। ਅਤੇ ਕੀ ਮੰਗ ਕਰਦੇ ਹੋ? ਇਹ ਕਰਦੇ ਹਾਂ ਵੀ ਉਹਨਾਂ ਨੂੰ ਫੜਿਆ ਜਾਵੇ ਜੀ। ਸਾਰੇ ਮੋਟਰਸਾਈਕਲ ਸਵਾਰ ਸੀ? ਹਾਂ, ਮੋਟਰਸਾਈਕਲ ਸਵਾਰ ਸੀਗੇ ਜੀ। ਮੈਟਰ ਅਸੀਂ ਜਾ ਰਹੇ ਸੀਗੇ, ਤਕਰੀਬਨ 200 ਮੀਟਰ ਤੋਂ ਅਸੀਂ ਦੇਖਿਆ ਮੋਟਰਸਾਈਕਲ ਯਾਨੀ ਕਿ ਗਿਰਿਆ ਸਾਡੇ ਸਾਹਮਣੇ।
ਅਸੀਂ ਅੱਗੇ ਜਾ ਕੇ ਵੀ ਸੱਟ ਨਾ ਲੱਗੀ ਹੋਵੇ। ਜਦੋਂ ਜਾ ਕੇ ਚੱਕਣ ਲੱਗੇ ਇੰਨੇ ਨੂੰ ਪਿੱਛੋਂ ਚਾਰ ਪੰਜ ਛੇ ਬੰਦੇ ਸੀਗੇ ਅਤੇ ਉਹਨਾਂ ਨੇ ਬਸ ਦੜ ਦੜ ਮਾਰਨਾ ਸ਼ੁਰੂ ਕਰਤਾ ਜੀ। ਮਾਰ ਕੇ ਸਾਡੇ ਤੋਂ ਪੇਮੈਂਟ ਸਾਰੀ ਖੋਲ੍ਹੀ, ਠੀਕ ਹੈ ਜੀ। ਮੇਰਾ ਪਰਸ ਵੀ ਲੈ ਗਏ ਅਤੇ ਉਹਨਾਂ ਦੀ ਪਰਚੋਂ ਪੇਮੈਂਟ ਕੱਢ ਕੇ ਲੈ ਕੇ ਬਸ। ਇਸ ਤੋਂ ਬਾਅਦ ਸਾਨੂੰ ਨਹੀਂ ਇਸ ਤਾਂ ਬੁੰਦਲ ਗਈ, ਸਾਨੂੰ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ। ਸਾਨੂੰ ਨਾ ਹੀ ਉੱਥੇ ਕੋਈ ਬੰਦਾ ਦਿਖਿਆ ਹੋਇਆ ਕਿਉਂਕਿ ਬਿਲਕੁਲ ਰਸਤਾ ਸੁਨਸਾਨ ਸੀਗਾ ਜੀ। ਸੱਟਾਂ ਲੱਗੀਆਂ ਨੇ, ਕਿੰਨੀ ਕੁ ਦੇਰ ਬਾਅਦ ਕਿੰਨੀ ਕੁ ਦੇਰ ਉੱਥੇ ਤੁਸੀਂ ਪਏ ਰਹੇ ਹੋ? ਯਾਨੀ ਕਿ ਮੇਰੇ ਹਿਸਾਬ ਨਾਲ 15-20 ਮਿੰਟ, ਅੱਧਾ ਘੰਟਾ, ਯਾਨੀ ਸਾਨੂੰ ਨਹੀਂ ਪਤਾ ਹੈਗਾ। ਯਾਨੀ ਕਿ ਤੁਸੀਂ ਯਕੀਨ ਮੰਨੋ ਵੀ ਅਸੀਂ ਬੁੰਦਲ ਗਏ ਸੀਗੇ ਬਿਲਕੁਲ। ਰਾਹਗੀਰ ਕੋਲੋਂ ਲੰਘਦੇ ਪਏ ਸੀਗੇ? ਨਹੀਂ ਕੋਈ ਨਹੀਂ, ਕੋਈ ਰਾਹਗੀਰ ਨਹੀਂ ਆਇਆ ਜੀ ਉਨੀ ਦੇਰ। ਹਾਂਜੀ, ਅਸੀਂ ਯਾਨੀ ਕਿ ਜਦੋਂ ਗੱਡੀ ਲੈ ਕੇ ਚਲੇ ਗਏ ਫਿਰ ਹਾਰ ਕੇ ਆਫਟਰ, ਠੀਕ ਹੈ। ਅਸੀਂ ਕਈ ਯਾਨੀ ਬੰਦਿਆਂ ਨੂੰ ਫੋਨ ਵੀ ਕਿਹਾ ਵੀ ਮਾੜਾ ਫੋਨ ਕਰਾ ਦਿਓ, ਹਰੇਕ ਬੰਦਾ ਡਰ ਰਿਹਾ ਸੀਗਾ ਵੀ ਹਾਂ ਫੋਨ ਨਹੀਂ ਕਰਾਉਣਾ ਹੈਗਾ। ਉਸ ਘਟਨਾ ਉੱਥੇ ਜਿੱਥੇ ਘਟਨਾ ਹੋਈ ਹੈ ਜੀ, ਉੱਥੇ ਕੋਈ ਨਹੀਂ ਸੀਗਾ ਜੀ। ਅਸੀਂ ਅੱਗੇ ਜਾ ਕੇ ਯਾਨੀ ਕਿ ਤਕਰੀਬਨ ਕਈ ਬੰਦੇ ਮਿਲੇ ਸਾਨੂੰ, ਅਸੀਂ ਫੋਨ ਮੰਗਿਆ, ਕਿਸੇ ਨੇ ਫੋਨ ਦਿੱਤਾ, ਕੋਈ ਕਹਿੰਦਾ ਬੈਲੈਂਸ ਨਹੀਂ ਹੈਗਾ, ਕੋਈ ਕੁਛ ਬਸ। ਉਸ ਤੋਂ ਬਾਅਦ ਯਾਨੀ ਕਿ ਇੱਕ ਬੰਦੇ ਨੇ ਅਸੀਂ ਮੋਬਾਈਲਾਂ ਦੀ ਦੁਕਾਨ 'ਤੇ ਗਏ, ਉਹਨੇ ਫੋਨ ਦਿੱਤਾ, ਫਿਰ ਅਸੀਂ ਯਾਨੀ ਕਿ ਇਹਨਾਂ ਨੂੰ ਫੋਨ ਕੀਤਾ, ਇਹ ਆ ਗਏ, ਫਿਰ ਅਸੀਂ ਇੱਥੇ ਆ ਗਏ ਜੀ। ਤੁਸੀਂ ਰਹਿਣ ਵਾਲੇ ਕਿੱਥੋਂ ਦੇ ਜੀ? ਸਿਓੜੇ ਦੇ ਜੀ। ਜਾ ਕਿੱਥੇ ਰਹੇ ਸੀ? ਅਸੀਂ ਖਰੜ ਜਾ ਰਹੇ ਸੀਗੇ ਜੀ, ਕੋਈ ਕੰਮ ਸੀਗਾ ਅਤੇ ਅਸੀਂ ਇੱਧਰੋਂ ਖੰਨੇ ਦੀ ਹੋ ਕੇ ਗਏ ਸੀਗੇ। ਦੁਕਾਨਦਾਰ ਹਾਂ ਜੀ, ਅਸੀਂ ਸਮਾਨ ਲੈਣਾ ਸੀਗਾ, ਪੈਸੇ ਵੀ ਤਾਂ ਸੀ ਕੋਲ ਵੀ ਚਲੋ ਮੁੜਦੇ ਹੋਏ ਸਮਾਨ ਲੈ ਜਾਵਾਂਗੇ। ਘਟਨਾ ਹੁਣ ਜਿਹੜਾ ਕੁਛ ਇਹਨਾਂ ਦੇ ਨਾਲ ਹੋਇਆ ਜੀ, ਸਾਡਾ ਤਾਂ ਇਹੀ ਹੈ ਵੀ ਕਿਸੇ ਹੋਰ ਨਾਲ ਨਾ ਹੋਵੇ। ਹਾਲਾਤ ਨੇ ਜਿਹੜੇ ਉਹਨਾਂ ਨੂੰ ਕਾਬੂ ਕਰਨ ਲਈ, ਜਿੱਥੇ ਵੀ ਇਹ ਜਿਹੜੇ ਸਥਾਨ 'ਤੇ ਜਿਹੜੀ ਇਹ ਘਟਨਾ ਵਾਪਰੀ ਆ ਜੀ, ਜਾ ਕੇ ਆਪਣੇ ਜਿਹੜਾ ਖੰਨੇ ਤੋਂ ਖਮਾਣਾ ਨੂੰ ਰਸੂਆ ਜਾਂਦਾ, ਅਤੇ ਜਿੱਥੇ ਘਟਨਾ ਵਾਪਰੀ ਆ, ਜਿਹੜਾ ਸੰਬੰਧਿਤ ਅਧਿਕਾਰੀ ਨੇ, ਜਿਹੜਾ ਪ੍ਰਸ਼ਾਸਨ ਆ ਜਿਹੜਾ, ਉਹ ਬਣਦੀ ਜਿਹੜੀ ਕਾਰਵਾਈ ਆ ਉਹ ਜ਼ਰੂਰ ਅਮਲ ਦੇ ਵਿੱਚ ਲਿਆਉਣਗੇ, ਤਾਂ ਕਿ ਕੱਲ੍ਹ ਨੂੰ ਕਿਸੇ ਦੇ ਨਾਲ ਕੋਈ ਇੱਦਾਂ ਦਾ ਜਿਹੜਾ ਹਾਦਸਾ ਉਹ ਨਾ ਵਾਪਰੇ। ਜਿਹੜੀ ਘਟਨਾ ਜੇਕਰ ਇਹਨਾਂ ਦੇ ਜਿਹੜੇ ਇਹਨਾਂ ਦੇ ਦੱਸਣ ਦੇ ਅਨੁਸਾਰ ਇਹਨਾਂ ਕੋਲ ਵੀ ਦੱਸਿਆ ਵੀ ਉਹਨਾਂ ਕੋਲ ਅਸਲਾ ਵੀ ਸੀਗਾ, ਹਥਿਆਰ ਵੀ ਸੀਗੇ, ਕੱਲ੍ਹ ਨੂੰ ਰੱਬ ਨਾ ਕਰੇ ਦੇਖੋ ਬੱਚਿਆਂ ਵਾਲੇ ਨੇ, ਪਰਿਵਾਰ ਵਾਲੇ ਨੇਗੇ, ਕੱਲ੍ਹ ਨੂੰ ਇਹਨਾਂ ਨਾਲ ਕੋਈ ਉਨੀਕੀ ਗੱਲਬਾਤ ਹੋ ਜਾਂਦੀ ਤਾਂ ਪਿੱਛੇ ਪਰਿਵਾਰ ਜਿਹੜਾ ਉਹ ਸਾਰਾ ਰੁਲ ਜਾਣਾ ਸੀਗਾ। ਹੋਰ ਜਾਣਕਾਰੀ ਲਈ ਦੱਸਣਾ ਚਾਹੁੰਦਾ ਜੀ, ਇਹ ਨਗਰ ਪਿੰਡ ਸਿਓੜਾ ਸਾਹਿਬ ਤੋਂ ਨੇ ਜੀ, ਦੋਨੇ ਜਿਹੜੇ ਵੀ ਵਿਦਿਆ ਇੱਕ ਲਸਾੜੇ ਤੋਂ ਹੈ ਜੀ, ਨਾਲ ਆਪਣੇ ਜਿਹੜੇ ਦੋਨੇ ਆਦਮੀ ਨੇਗੇ, ਇਹਨਾਂ ਦੇ ਸੱਟਾਂ, ਫੋਨਾਂ ਦੀ ਦੁਕਾਨ ਆ ਇਹਨਾਂ ਦੀ, ਆਪਣੀ ਦੁਕਾਨ ਦੇ ਲਈ, ਆਪਣਾ ਕੋਈ ਸ਼ੋਪਿੰਗ ਦੇ ਲਈ, ਆਪਣਾ ਲੈ ਦੁਕਾਨਦਾਰੀ ਦਾ ਸਮਾਨ ਲੈਣ ਚੱਲੇ ਸੀਗੇ ਕੁਛ, ਅਤੇ ਉੱਥੇ ਜਿਹੜੀ ਇਹ ਘਟਨਾ ਵਾਪਰੀ ਹੈ ਜਿਹੜੀ, ਇਹ ਬਹੁਤ ਨਿੰਦਣਯੋਗ ਆ ਜੀ। ਜਿਹੜਾ ਇਹ ਹਾਲਾਤਾਂ ਦੇ ਜਿਹੜਾ ਕਾਬੂ ਕਰਨ ਲਈ ਜਿਹੜੇ ਸੰਬੰਧਿਤ ਅਧਿਕਾਰੀ ਨੇ, ਜਿਹੜਾ ਜਿਨ੍ਹਾਂ ਦੇ ਸੰਬੰਧਿਤ ਦੇ ਵਿੱਚ ਏਰੀਆ ਜਿਹੜਾ ਉਹ ਪੈਂਦਾ, ਜਿਹੜਾ ਉਹਨਾਂ ਨੂੰ ਜਿਹੜੀ ਸਖ਼ਤ ਤੋਂ ਸਖ਼ਤ ਜਿਹੜੀ ਬਣਦੀ ਕਾਰਵਾਈ ਆ, ਉੱਥੇ ਦੇ ਜਿਹੜੇ ਇਲਾਕੇ ਦੇ ਜਿਹੜੇ ਹੋਰ CCTV ਕੈਮਰੇ ਨੇ ਜਿਹੜੇ ਉਹ ਖੰਗਾਲ ਕੇ ਜਿਹੜੀ ਉਹਨਾਂ ਦੀ ਤਫਤੀਸ਼ ਜਿਹੜੀ ਆ ਉਹ ਪੂਰੀ ਚੰਗੀ ਪੱਧਰ ਦੀ ਜਿਹੜੀ ਕੀਤੀ ਜਾਵੇ। ਨਹੀਂ ਬਹੁਤ ਨਿੰਦਣਯੋਗ ਆ ਜੀ, ਤਿੰਨ ਦਿਹਾੜੇ, ਇੱਕ ਤਾਂ ਘਟਨਾ ਵਾਪਰੀ ਜੀ, ਉੱਪਰੋਂ ਦੇਖੋ ਇਹਨਾਂ ਦੀ ਕਿਸੇ ਨੇ ਹੈਲਪ ਵੀ ਨਹੀਂ ਕੀਤੀ, ਹੈਲਪ ਵੀ ਤਕਰੀਬਨ ਲਾ ਲਓ ਵੀ ਕਹਿ ਰਹੇ ਜਿਹਨੇ ਦੱਸਣ ਮੁਤਾਬਕ ਘੱਟੋ ਘੱਟ ਇਹ ਤਕਰੀਬਨ ਅੱਧੇ ਘੰਟੇ ਬਾਅਦ ਇਹਨਾਂ ਨੂੰ ਸੁਰਤ ਪਤਾ ਲੱਗਿਆ ਵੀ ਸਾਡੇ ਨਾਲ ਆ ਵਾਪਰੀ। ਹੁਣ ਜਦੋਂ ਹੋਸ਼ ਆਈ ਫਿਰ ਉਹ ਤੋਂ ਰਾਹਗੀਰ ਇੱਕ ਤਾਂ ਜਿਹੜਾ ਲੰਘਿਆ ਉਹ ਤੋਂ ਪੁੱਛਿਆ ਵੀ ਸਾਨੂੰ ਫੋਨ ਦੇ ਦੇ, ਫੋਨ ਵੀ ਨਹੀਂ, ਕਿਸੇ ਨੇ ਹੈਲਪ ਵੀ ਨਹੀਂ ਦਿੱਤੀ, ਹਾਲੇ ਬਹਾਨਾ ਮਾਰਤਾ ਵੀ ਸਾਡੇ ਕੋਲ ਤਾਂ ਫੋਨ ਦੇ ਵਿੱਚ ਬੈਲੈਂਸ ਨਹੀਂ ਹੈਗਾ। ਉਹ ਚੀਜ਼ ਨੂੰ ਜਿਹੜੀ ਇਨਸਾਨੀਅਤ ਦੀ ਜਿਹੜੀ ਚੀਜ਼ ਸੀਗੀ ਉਹ ਵੀ ਦੇਖਣ ਨੂੰ ਮਿਲੀ ਨਹੀਂ ਹੈਗੀ। ਫਿਰ ਵੀ ਕਿਤੋਂ ਉੱਥੇ ਔਖੇ ਸੌਖੇ ਢਹਿੰਦੇ ਆਪਣੀਆਂ ਗੱਡੀ ਇਹਨਾਂ ਨੇ ਕਿਸੇ ਤਰੀਕੇ ਨਾਲ ਸਟਾਰਟ ਕਰਕੇ ਆਪਣੇ ਲਾਗੇ ਤਾਂ ਕਿ ਹੋਰ ਪਹੁੰਚੇ, ਕਿਤੋਂ ਫੋਨ ਲਿਆ, ਫਿਰ ਸਾਨੂੰ ਫੋਨ ਆਇਆ ਇਹਨਾਂ ਦੇ ਬ੍ਰਦਰ ਜੀ ਨੇ ਵੱਡੇ, ਇਹਨਾਂ ਨੇ ਫਿਰ ਮੈਨੂੰ ਫੋਨ ਕੀਤਾ, ਫਿਰ ਅਸੀਂ ਤੁਰੰਤ ਜਿਹੜੇ ਨਾਲ ਦੀ ਨਾਲ ਇਹਨਾਂ ਕੋਲ ਪਹੁੰਚੇ ਹਾਂ ਅਤੇ ਲਿਆ ਕੇ ਹੁਣ ਖੰਨਾ ਆਪਣੇ ਹੌਸਪੀਟਲ ਦੇ ਵਿੱਚ ਜਿਹੜਾ ਸਾਡਾ ਫਰਜ਼ ਬਣਦਾ ਉਹ ਅਦਾ ਕਰ ਰਿਹਾ ਜੀ। ਤੁਸੀਂ ਮੌਜੂਦਾ ਸਰਪੰਚ? ਮੌਜੂਦਾ ਹਾਂਜੀ।